ਲਓ ਜੀ, ਬਾਬੇ ਗਿੱਦੜ ਦੀ ਗੱਲ ਗਿੱਦੜੀ ਨੂੰ ਸੁਣੋ, ਕਹਿਣ ਲੱਗਾ ਗਿੱਦੜ ਗਿੱਦੜੀ ਨੂੰ ਕੀ ਵੀ ਕਹਿੰਦਾ, ਆਪਾਂ ਬਾਬੇ ਸ਼ਿਕਾਰ ਦੀ ਗੱਲ ਚੱਲ। ਸੁਣੋ, ਉਹ ਕਹਿੰਦੀ ਵੀ ਸ਼ਿਕਾਰ ਦਾ ਚੱਲ ਬਣਾ ਕੇ ਮੇਰੇ ਪੇਟ ਚ ਬੱਚੇ ਆ, ਬੱਚੇ ਉਹਦੇ ਲੈਣ ਦੇ। ਉਹ ਕਹਿੰਦਾ ਉੱਥੇ ਹੀ ਬੱਚੇ ਦੇ ਦੀ। ਕਹਿੰਦੀ ਕਿੱਥੇ? ਕਹਿੰਦਾ ਸ਼ੇਰ ਦੇ ਜੰਗਲ ਚ ਸ਼ਿਕਾਰ ਖੇਡਣਾ, ਜੇ ਉੱਥੇ ਤੂੰ ਬੱਚੇ ਦੇ ਦੀ। ਉਹ ਕਹਿੰਦੀ ਨਾ ਤੈਨੂੰ ਖਾਜੂ, ਨਾ ਇਹ ਮੈਨੂੰ ਖਾਜੂ, ਨਾ ਇਹ ਬੱਚਿਆਂ ਨੂੰ ਖਾਜੂ। ਕਹਿੰਦਾ ਨਹੀਂ, ਗਿੱਦੜੀ ਨੂੰ ਲੈ ਕੇ ਤੁਰ ਪਿਆ। ਜਦੋਂ ਲੈ ਕੇ ਤੁਰ ਪਿਆ ਤੇ ਸ਼ੇਰ ਦੇ ਜੰਗਲ ਜਾ ਵੜੇ। ਜਦੋਂ ਸ਼ੇਰ ਦੇ ਜੰਗਲ ਚ ਗਏ, ਲੋਕ ਛਿਪ ਕੇ ਦੋ ਦਿਨ ਕੱਢੇ ਤੇ ਗਿੱਦੜੀ ਢਿੱਲੀ ਹੋ ਗਈ। ਉਹ ਕਹਿੰਦੀ ਮੈਂ ਤਾਂ ਬੱਚੇ ਦੇਣੇ ਘੋਰਨਾ ਪੱਟ ਪੱਟੇ ਪਟਾਏ ਚ ਦੇ, ਮੈਂ ਕਾਹਦਾ ਪੱਟਣਾ। ਸ਼ੇਰ ਨੇ ਘੋਰ ਵਾੜਤੀ ਲਿਆ, ਸ਼ੇਰ ਦੇ ਘੋਰ ਨੇ ਜਵਾੜਤੀ ਲਿਜਾ ਕੇ ਸ਼ੇਰ ਬਾਹਰ ਗਿਆ ਸੀ, ਗਿੱਦੜੀ ਨੇ ਬੱਚੇ ਦੇ ਤੇ। ਉਹ ਕਹਿੰਦੀ ਹੁਣ ਕੀ ਬਣੂ? ਉਹ ਕਹਿੰਦਾ ਮੈਂ ਖੁੱਟ ਤੇ ਬਹਿਨਾ, ਆਪਾਂ ਨਾਂ ਬਦਲਾ ਲੈਨੇ ਆ, ਤੇਰਾ ਨਾਂ ਸ਼ਦਨ ਮਦਨੀ ਤੇ ਮੇਰੇ ਨਾਂ ਬਲੀ ਮਰਾ। ਜਦੋਂ ਸ਼ੇਰ ਆਥਣੇ ਆਉਂਦਾ ਹੋਇਆ ਖੁੱਡ ਨੂੰ, ਮੈਂ ਦਬਕਾ ਮਾਰਨਾ ਤੈਨੂੰ ਵੀ ਸ਼ਦਨ ਮਦਨ ਕੇ ਬੱਚੇ ਕਾਹਤੋਂ ਰੁਆਏ ਆ। ਤੂੰ ਕਹਿੰਦੀ ਜੀ ਸ਼ੇਰ ਦਾ ਮਾਸ ਮੰਗਦੇ ਦੁੱਧ ਫੜਦੇ ਹੀ ਨੀ। ਕਹਿੰਦੀ ਠੀਕ ਆ, ਹੁਣ ਉਹ ਅੰਦਰ ਬੈਠੀ ਆ, ਉਹ ਖੁੱਡ ਤੇ ਬੈਠਾ। ਜੋ ਹੋਈ ਸ਼ਾਮ ਤੇ ਸ਼ੇਰ ਵੀ ਆਵੇ ਲੇੜਿਆ, ਜਦੋਂ ਨੇੜੇ ਆ ਗਿਆ ਨਿੰਮਾ ਰਿਆ ਦਬਕਾ, ਕਹਿੰਦਾ ਇਹ ਕਾਹਤੋਂ ਰੁਆਏ ਆ, ਇਹਨਾਂ ਨੂੰ ਚੁੱਪ ਕਰਾ ਦੁੱਧ ਫੜਾ। ਉਹ ਕਹਿੰਦੀ ਫੜਦੇ ਨੀ, ਸ਼ੇਰ ਦਾ ਮਾਸ ਮੰਗਦੇ ਆ, ਮੈਂ ਕਿੱਥੋਂ ਲਿਆ ਕੇ ਦੇ ਦਿਆਂ। ਕਹਿੰਦਾ ਨੇੜੇ ਹੀ ਆ ਗਿਆ, 10 ਮਿੰਟ ਚੁੱਪ ਕਰਾ। ਸ਼ੇਰ ਦੇ ਕੰਨ ਜਾ ਪਈ। ਉਹ ਕਹਿੰਦਾ ਨਾ ਛਦਨ ਮਦਨੀ ਨਾ ਬਲੀ ਮਰਾ ਨੀ ਵੇਖਿਆ, ਜਿਹਦੇ ਬੱਚੇ ਵੀ ਸ਼ੇਰ ਦਾ ਮਾਸ ਖਾਂਦੇ ਆ, ਹੋਰ ਕੀ ਕਰਦੇ ਹੋਣਗੇ। ਖੜ ਗਿਆ, ਖੜੇ ਦਾ ਦਿਲ ਕੰਬ ਗਿਆ, ਪਿੱਛੇ ਨੂੰ ਭੱਜ ਗਿਆ। ਮੂਹਰੇ ਬਾਂਦਰ ਖੜਾ, ਬਾਂਦਰ ਕਹਿੰਦਾ ਤੂੰ ਭੱਜਾ ਜਾਂਦਾ? ਉਹ ਕਹਿੰਦਾ ਮੇਰੇ ਘੋਰਨੇ ਚ ਬਲੀ ਮਰਾ ਹੋਣੀ ਉੱਤਰੇ ਬੈਠੇ ਤੇ ਬੱਚੇ ਵੀ ਸ਼ੇਰ ਦਾ ਮਾਸ ਹੀ ਮੰਗੀ ਜਾਂਦੇ। ਉਹ ਆਲਾ ਗਿੱਦੜ ਗੁੱਦੜ ਹੋਣਗੇ। ਕਹਿੰਦਾ ਨਾ 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 ਨਾ, ਗਿੱਦੜ ਗੁੱਦੜ ਨੀ। ਉਹ ਆਲਾ ਚੱਲ ਮੈਂ ਕੱਢਦਾ ਤੇਰੇ ਘੋਰਨੇ ਚੋਂ। ਸ਼ੇਰ ਆਲਾ ਵੀ ਮੈਂ ਮੂਹਰੇ ਨੀ ਲੱਗਣਾ, ਮੂਹਰੇ ਤੂੰ ਹੀ ਰਹਿਣਾ। ਕਹਿੰਦਾ ਠੀਕ ਆ, ਲੈ ਕੇ ਤੁਰ ਪਿਆ। ਜਦੋਂ ਅੱਧ ਜਾਏ, ਹੁਣ ਸ਼ੇਰ ਦੀ ਚਾਲ ਜ਼ਿਆਦੇ ਤੇ ਬਾਂਦਰ ਦੀ ਥੋੜੀ, ਬਾਂਦਰ ਥੱਕ ਗਿਆ। ਬਾਂਦਰ ਕਹਿੰਦਾ ਆਖੇ ਵੀ ਆਪੇ ਇਉਂ ਕਰੀਏ, ਆ ਕਾਹੀ ਖੜੀ ਆ, ਆਪਾਂ ਸੁੱਬ ਵੱਟ ਲਈਏ, ਨਾ ਇਹ ਤਾਂ ਮੈਂ ਤੇਰੇ ਗਲ ਚ ਬੰਨ ਦਿੰਦਾ ਤੇ ਨਾ ਇਹ ਮੈਂ ਆਪਦੇ ਬੰਨ ਲੈਂਦਾ। ਜਦੋਂ ਮੇਰਾ ਚਿੱਤ ਕਰਿਆ ਕਰੂਗਾ ਮੈਂ ਤੇਰੇ ਤੇ ਬਹਿ ਜਾ ਕਰੂ, ਤੇਨੇ ਨਾਲ ਭੱਜ ਪਿਆ ਕਰੂ। ਉਹਨਾਂ ਨੇ ਤੀਰਾ ਕਰਕੇ ਨਾ ਮੇਲ ਕੇ ਬਾਂਦਰ ਨੇ ਉਹਦੇ ਗਲ ਚ ਬੰਨ ਤਾ, ਨਾ ਆਪਦੇ ਬੰਨ ਤੁਰ ਪਏ। ਜਦੋਂ ਗਏ ਨੇੜ, ਉਹਨੇ ਫੇਰ ਮਾਰਿਆ ਦਬਕਾ, ਕਹਿੰਦਾ ਨੂੰ ਚੁੱਪ ਕਰਾਇਆ, ਇਹਨਾਂ ਨੂੰ ਤੂੰ ਰੁਆਈ ਜਾਂਦੀ ਹੈ। ਉਹ ਕਹਿੰਦੀ ਜੀ ਸ਼ੇਰ ਦਾ ਮਾਸ ਮੰਗਦੇ, ਮੈਂ ਕਿੱਥੋਂ ਲਿਆ ਕੇ ਦੇਵਾਂ। ਉਹ ਕਹਿੰਦਾ ਮੈਂ ਬਾਂਦਰ ਨੂੰ ਕਿਹਾ ਸੀ ਵੀ ਕੱਲ ਭੱਜ ਗਿਆ ਸਾਲਾ, ਲਿਆ ਘੇਰ ਘੂਰ ਕੇ ਆ ਕੇ ਨੇੜੇ ਚੁੱਪ ਕਰਾ। ਸ਼ੇਰ ਕਹਿੰਦਾ ਭਾਈ ਤੇਰਾ ਪਰ ਲੱਗਦਾ ਤੇਰੀ ਰਾਏ ਇਹਨਾਂ ਨਾ, ਤੂੰ ਤਾਂ ਮੈਨੂੰ ਮਰਾਉਣ ਲਿਆ। ਸ਼ੇਰ ਨੇ ਛਾਲਾ ਚੱਕ ਦਿੱਤਾ, ਜਦੋਂ ਸ਼ੇਰ ਨੇ ਚੱਕੀਆਂ ਛਾਲਾ ਤੇ ਬਾਂਦਰ ਗਾਂ ਦੇ ਡਹੇ ਵਾਂਗੂ ਲੱਤਾਂ ਚ ਵੱਜੇ। ਹੁਣ ਸੁੱਬ ਟੁੱਟੇ ਨਾ ਤੇ ਖਹਿੜਾ ਛੁੱਟੇ ਨਾ, ਢੂਹੀ ਉੱਚੜ ਗਈ, ਮਾਰ ਬੁਰੇ ਹਾਲ ਹੋ ਗਏ, ਅੱਗੇ ਖਾਲਾ ਆ ਗਿਆ। ਜਦੋਂ ਮਾਰੀ ਸ਼ੇਰ ਨੇ ਛਾਲ ਤੇ ਬਾਂਦਰ ਖਾਲੇ ਚ ਫਸ ਗਿਆ ਤੇ ਸੁੱਬ ਟੁੱਟ ਗਿਆ। ਸ਼ੇਰਾਂ ਦਾ ਅੱਧ ਪਾ ਦਾ ਜਾਨਵਰ ਲਮਰਾ ਤੇ ਸੀ ਅੱਜ ਹੀ ਹੈ। ਗਿੱਦੜਾਂ ਨੇ ਇਕੱਠ ਕੀਤਾ ਵੀ ਇਹਨੇ ਭਜਾਤਾ ਸ਼ੇਰ, ਇਹਨੂੰ ਆਪਾਂ ਕੋਈ ਅਹੁਦਾ ਦੇ ਦੇਈਏ। ਉਹਨੂੰ ਬਣਾਤਾ ਲੰਬਰਦਾਰ,
ਲੰਬੜਦਾਰ ਇਹਨੇ ਸ਼ੇਰ ਭਜਾਇਆ, ਜਦੋਂ ਲੰਬੜਦਾਰ ਬਣਾਤਾ ਕਹਿੰਦੇ ਵੀ ਅਹੁਦਾ ਵੀ ਦੇ ਜੇ ਕੋਈ ਨੇੜੇ ਤੇੜੇ ਗਰੀਬ ਜਾਤੀ ਦੀ ਬਸਤੀ ਸੀਗੀ ਤੇ ਸੱਜ ਟੰਗਿਆ ਸੀ ਬਾਹਰ ਤੇ ਸੱਜ ਲਾ ਲਿਆ ਰਾਤ ਨੂੰ, ਉਹ ਲਿਆ ਕੇ ਉਹਦੀ ਪੂਛ ਨਾ ਬੰਨਤਾ। ਜਦੋਂ ਉਹਦੀ ਪੂਛ ਨਾ ਬੰਨਤਾ ਤੇ ਕਹਿੰਦੇ ਲੈ ਵੀ ਜੋ ਕੁਛ ਤੇਰੀ ਆਗਿਆ ਪੈ ਗਿਆ ਚੱਲੋ, ਕਹਿੰਦੇ ਵੀ ਠੀਕ ਆ। ਰਾਤ ਨੂੰ ਦੂਜੇ ਦਿਨ ਕਿਤੇ ਇੱਜੜ ਲੈ ਕੇ ਆ ਗਏ ਬੱਕਰੀਆਂ ਵਾਲੇ, ਭੇਡਾਂ ਬੱਕਰੀਆਂ, ਉਹ ਜੰਗਲ ਦੀ ਗੁੱਠ ਚ ਵੜ ਗਏ। ਜਦੋਂ ਵਿੱਚ ਵੜ ਗਏ ਤੇ ਕੋਈ ਸ਼ਾਮ ਨੂੰ ਬੁੱਢੀ ਬੁੱਢੀ ਭੇਡ ਕੋਈ ਬੱਕਰੀ ਉਹ ਰਹਿ ਗਈ। ਜਦੋਂ ਉਹ ਰਹਿ ਗਈ ਗਿੱਦੜਾਂ ਨੂੰ ਪਤਾ ਲੱਗਾ, ਗਿੱਦੜਾਂ ਨੇ ਪਾੜ ਸੀ ਥੀ। ਲੰਬਰਦਾਰ ਨੂੰ ਸੱਦ ਲੈਣ ਪੁੱਛਣਾ ਬੱਦਾ ਹੀ ਸੱਜ, ਉਹ ਖਾਂਦਿਆਂ ਤੋਂ ਸਾਰਿਆਂ ਤੋਂ ਕਕਾਇਆ ਕਰੇ ਵੀ ਖਾ ਲਓ ਆਪਣਾ ਹੀ ਆ ਸਾਰਾ ਕੁਛ। ਖਾਂਦਿਆਂ ਨੂੰ ਦਿਨ ਚੜ ਗਿਆ, ਚੱਕਰ ਉਲਰ ਪਵੇ ਤੇ ਉਧਰੋਂ ਲਿਆ ਕੇ ਸ਼ਿਕਾਰੀਆਂ ਨੇ 12-13 ਕੁੱਤੇ ਵਾੜਤੇ ਵਿੱਚ ਜੰਗਲ ਦੇ। ਜਦੋਂ ਕੁੱਤਿਆਂ ਨੂੰ ਲੱਗਾ ਪਤਾ, 5-6 ਲੰਬਰਦਾਰ ਮਗਰ ਪੈ ਗਏ ਤੇ ਕੋ ਕਿਧਰੇ ਲੈ ਗਏ ਦੱਬ ਕੇ। ਹੁਣ ਲੰਬਰਦਾਰ ਖੁੱਡ ਨੂੰ ਭੱਜਾ, ਜਦੋਂ ਖੁੱਡ ਨੂੰ ਭੱਜਾ ਤੇ ਮਗਰ ਛੱਜ ਫਸ ਗਿਆ। ਜਦੋਂ ਵਾੜਨ ਲੱਗਾ ਛੱਜ ਫਸ ਗਿਆ ਤੇ ਕੁੱਤਿਆਂ ਨੇ ਛੱਜ ਫੜ ਲਿਆ ਤੇ ਗਿਦੜੀ ਨੇ ਮੂਹਰਿਓਂ ਕੰਨ ਫੜ ਲਏ। ਗਿਦੜੀ ਗਾਂਹ ਨੂੰ ਖਿੱਚੇ, ਕੁੱਤੇ ਪਛਾਹ ਨੂੰ ਖਿੱਚਣ। ਉਹ ਕਹਿੰਦੀ ਥੇ ਹੁਣਿਆ ਅੱਗੇ ਨਿਤਨੰਗ ਦਾ ਰਾਹ ਤਾਂ ਉਹ ਹੀ ਹੈ। ਉਹ ਕਹਿੰਦਾ ਨੰਗਾ ਕਿਵੇਂ, ਲੰਬਰਦਾਰੀ ਅੜੀ ਪਈ ਮਗਰ। ਕੁੱਤਿਆਂ ਨੇ ਕੰਨ ਪੂਛ ਪੱਟਤੀ ਤੇ ਗਿਦੜੀ ਨੇ ਕੰਨ ਪੱਟਤੇ ਤੇ ਪਰਲੇ ਕੱਖ ਵੀ ਨੀ ਰਿਹਾ ਬਸ।